पर पंजाब सरकार इन्नी ज़्यादा बेशर्म हो चुकी है, इन्नी ज़्यादा गैर संविधानक हो चुकी है कि मुख्यमंत्री साहब एक ट्वीट करते हैं तो ट्वीट के जरिए जवाब देंगे कि मैं तुहानू जवाब दे नहीं हाँ, जिदे विचे जिहड़े प्रिंसीपल इन्होंने बाहर सिंगापुर भेजे से उन्हां दी चोण बारे जानकारी मंगी गई है। ਜਿਹੜੇ ਸਰਕਾਰ ਹੈ ਡਰਾਮੇਬਾਜ਼ਾਂ ਦੀ ਸਰਕਾਰ ਹੈ, ਡਰਾਮੇ ਕਰ ਰਹੇ ਨੇ, ਇਹਨਾਂ ਦੇ ਪੱਲੇ ਥੱਲੇ ਕੁਛ ਨਹੀਂ। ਜੇ ਸਰਕਾਰੀ ਸਕੂਲਾਂ ਦਾ ਇੰਨੀ ਇਹਨਾਂ ਨੇ ਵਿਕਾਸ ਕਰਤਾ, ਇੰਨੀ ਚੇਂਜ ਲਿਆਤਾ, ਅਤੇ ਇੱਕ ਸ਼ਡਿਊਲ ਕਾਸਟਾਂ ਦਾ ਲਗਭਗ 2 ਲੱਖ ਬੱਚੇ ਨੇ ਜਿਨ੍ਹਾਂ ਦੀ ਸਕੋਲਰਸ਼ਿਪ ਆਉਣੀ ਸੀ। ਮੈਂ ਪੰਜਾਬ ਦੇ 3 ਕਰੋੜ ਲੋਕਾਂ ਨੂੰ ਜਵਾਬ ਦੇ, ਅਸੀਂ ਵੀ 3 ਕਰੋੜ ਲੋਕਾਂ ਦੇ ਵਿੱਚ ਆਉਂਦੇ, ਕਿਵੇਂ ਜਵਾਬ ਦੇਣਗੇ ਉਹ ਦੱਸ ਦੇਣ ਕਿ ਇਸ਼ਤਿਹਾਰਾਂ ਦੇ ਜ਼ਰੀਏ ਜਵਾਬ ਦੇਣਗੇ। ਤਾਂ ਫਿਰ ਜਿਹੜੇ ਤੁਸੀਂ ਮੁਲਾਜ਼ਮਾਂ ਦੀ ਗੱਲ ਕੀਤੀ ਹੈ, ਜਿਹੜੇ ਮੰਤਰੀ ਨੇ ਉਹਨਾਂ ਦੇ ਬੱਚੇ ਵੀ ਸਾਰਿਆਂ ਦੇ ਬਾਹਰਲੇ ਸਕੂਲਾਂ 'ਚ ਪੜ੍ਹ ਰਹੇ, ਪ੍ਰਾਈਵੇਟ ਸਕੂਲਾਂ 'ਚ ਪੜ੍ਹ ਰਹੇ ਨੇ। ਜੋ ਪੰਜਾਬ ਦੇ ਵਿੱਚ ਸਾਡਾ ਐਸ ਸੀ ਭਾਈਚਾਰਾ ਹੈ, ਉਹਨਾਂ ਦੇ ਬੱਚਿਆਂ ਨੂੰ ਪੜ੍ਹਨ ਵਾਸਤੇ ਪ੍ਰੋਪਰ ਸਹੂਲਤਾਂ ਨਹੀਂ ਮਿਲ ਰਹੀਆਂ। ਤੁਸੀਂ ਸਿੱਖਿਆ ਮਾਡਲ ਦੀਆਂ ਗੱਲਾਂ ਕਰਦੇ ਹੋ, ਅੱਜ ਅਗਰ ਜਵਾਬ ਮੰਗ ਲਿਆ ਜਾਂਦਾ ਤੁਹਾਡੇ ਤੋਂ ਤਾਂ ਤੁਸੀਂ ਉਹਦੇ ਤੋਂ ਕਿਨਾਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਕਿਤੇ ਨਾ ਕਿਤੇ ਦਾਲ ਦੇ ਵਿੱਚ ਕੁਛ ਕਾਲਾ ਹੈ, ਉਹੀ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਰ ਮੁੱਖ ਮੰਤਰੀ ਸਾਹਿਬ ਬੜਾ ਖੁੱਲ੍ਹ ਕੇ ਬਿਆਨ ਦਿੰਦੇ ਆ, ਜਦੋਂ ਗੁਜਰਾਤ ਚੋਣਾਂ ਹੋ ਰਹੀਆਂ ਸੀ, ਕਿ ਅਸੀਂ ਗੋਲਡੀ ਬਰਾੜ ਨੂੰ ਫੜ ਲਿਆ ਅਮਰੀਕਾ ਦੇ ਵਿੱਚੋਂ, ਬਹੁਤ ਜਲਦ ਵਾਪਸ ਲੈ ਕੇ ਆਵਾਂਗੇ। ਕਿੱਥੇ ਆ ਜਵਾਬਦੇਹੀ? ਇੱਕ ਲੀਪਾਪੋਚੀ ਕਰਨ ਵਾਸਤੇ ਜਿਹੜੇ ਤੁਸੀਂ ਮੁਹੱਲਾ ਕਲੀਨਿਕ ਕਹਿੰਦੇ ਹੋ, ਆਮ ਆਦਮੀ ਕਲੀਨਿਕ ਕਹਿੰਦੇ ਹੋ, ਆਮ ਆਦਮੀ ਪਾਰਟੀ ਸਰਕਾਰ ਦੇ, ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਭੇਜਣ, ਤਾਂ ਲੋਕਾਂ ਦਾ ਜਿਹੜਾ ਰੁਝਾਨ ਆ ਸਰਕਾਰੀ ਸਕੂਲਾਂ ਵੱਲ ਵਧੂਗਾ। ਅਤੇ ਉਹਦੇ ਉੱਤੇ 30 ਕਰੋੜ ਦੀ ਤੁਸੀਂ ਐਡਵਰਟੀਜ਼ਮੈਂਟ ਵਾਸਤੇ ਅਫਸਰ ਨੂੰ ਕਹਿੰਦੇ ਹੋ ਵੀ ਤੁਸੀਂ ਇਹਦੇ ਵਾਸਤੇ ਸਾਨੂੰ ਪੈਸਾ ਦਿਓ, ਕੀ ਉਹਦੇ ਬਾਰੇ ਜਵਾਬ ਦੇਣਾ ਨਹੀਂ ਬਣਦਾ? ਅੱਜ ਮੁੱਖ ਮੰਤਰੀ ਸਾਹਿਬ ਭੱਜ ਨਹੀਂ ਸਕਦੇ, ਜੋ ਗਵਰਨਰ ਸਾਹਿਬ ਨੇ ਸਵਾਲ ਪੁੱਛੇ ਨੇ ਉਹਨਾਂ ਦਾ ਜਵਾਬ ਦੇਣਾ ਪਊ। ਪਰ ਜਦੋਂ ਕਾਂਗਰਸ ਦੀ ਸਰਕਾਰ ਆਈ ਤਾਂ ਇਹੀ ਕਲੀ ਕੁੱਚੀ ਫੇਰ ਕੇ ਸਕੂਲਾਂ ਦਾ ਨਾਮ ਮਾਡਲ ਸਕੂਲ ਰੱਖ ਦਿੱਤਾ ਗਿਆ, ਅਤੇ ਅੱਜ ਸਾਡੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤਾਂ ਆਮ ਆਦਮੀ ਪਾਰਟੀ ਸਰਕਾਰ ਨੇ ਕਲੀ ਕੁੱਚੀ ਫੇਰ ਕੇ ਉਹਦਾ ਨਾਮ ਸਕੂਲ ਆਫ ਐਮੀਨੈਂਸ ਰੱਖ ਦਿੱਤਾ। ਹੋਇਆ ਕੁਛ ਨਹੀਂ, ਸਿਰਫ ਨਾਮ ਬਦਲ ਦਿੱਤੇ ਜਾਂਦੇ ਨੇ, ਆਪਣਾ ਨਾਮ ਚਮਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਕੋਹਰੀ ਰਾਜਨੀਤੀ ਕੀਤੀ ਜਾਂਦੀ ਹੈ। ਨੈਕਸਟ ਪੰਜਾਬ 'ਤੇ ਤੁਹਾਡਾ ਸਵਾਗਤ ਹੈ। ਗੱਲ ਕਰਦੇ ਹਾਂ ਅੱਜ ਪੰਜਾਬ ਸਰਕਾਰ ਦੀ। ਪੰਜਾਬ ਸਰਕਾਰ ਵੱਲੋਂ ਸਿੱਖਿਆ ਦਾ ਮਿਆਰ ਨੂੰ ਉੱਤੇ ਚੱਕਣ ਲਈ 36 ਪ੍ਰਿੰਸੀਪਲਾਂ ਨੂੰ ਸਿੰਗਾਪੁਰ ਟ੍ਰੇਨਿੰਗ ਭੇਜਿਆ ਗਿਆ। ਉਸ ਤੋਂ ਬਾਅਦ ਪੰਜਾਬ ਦੇ ਰਾਜਪਾਲ ਵੱਲੋਂ ਇੱਕ ਚਿੱਠੀ ਲਿਖੀ ਜਾਂਦੀ ਹੈ, ਜਿਸ ਦੇ ਵਿੱਚ ਮੁੱਖ ਮੰਤਰੀ ਦੇ ਜਿਹੜੀ ਇਹ ਚੋਣ ਆਉਂਦੀ ਹੈ ਉਸ 'ਤੇ ਪ੍ਰਸ਼ਨ ਚਿੰਨ੍ਹ ਲਗਾਏ ਗਏ ਨੇ। ਇਸ ਦੇ ਸੰਬੰਧ ਦੇ ਵਿੱਚ ਅੱਜ ਅਸੀਂ ਗੱਲ ਕਰਦੇ ਹਾਂ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ, ਜੋ ਕਿ BJP ਪਾਰਟੀ ਤੋਂ ਬਿਲੋਂਗ ਕਰਦੇ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਜੀ ਭਾਅ ਜੀ। ਅੱਜ ਖਬਰ ਚੱਲ ਰਹੀ ਹੈ ਕਿ ਜਿਹੜੇ ਪੰਜਾਬ ਦੇ ਰਾਜਪਾਲ ਜੀ ਨੇ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਦੇ ਸਵਾਲਿਆ ਚਿੰਨ੍ਹ ਲਾਏ ਨੇ ਕਿ ਜਿਹੜੀ ਇਹ ਚੋਣ ਹੋਈ ਹੈ ਕਿਵੇਂ ਹੋਈ, ਕੀ ਕਹਿਣਾ ਚਾਹੂੰਗੇ? ਦੇਖੋ, ਕਈ ਸਵਾਲ ਪੁੱਛੇ ਗਏ ਨੇ ਜੋ ਪੰਜਾਬ ਦੇ ਰਾਜਪਾਲ ਨੇ, ਕਿਉਂਕਿ ਸੰਵਿਧਾਨਕ ਅਹੁਦਾ ਉਹਨਾਂ ਕੋਲ, ਅਤੇ ਸੰਵਿਧਾਨ ਦੇ ਅਨੁਸਾਰ ਉਹਨਾਂ ਵੱਲੋਂ ਜਾਣਕਾਰੀ ਮੰਗੀ ਗਈ ਹੈ ਕਈ ਗੱਲਾਂ ਦੀ, ਜਿਹਦੇ ਵਿੱਚ ਇਹ ਜਿਹੜੇ ਪ੍ਰਿੰਸੀਪਲ ਇਹਨਾਂ ਨੇ ਬਾਹਰ ਸਿੰਗਾਪੁਰ ਭੇਜੇ ਸੀ ਉਹਨਾਂ ਦੀ ਚੋਣ ਬਾਰੇ ਜਾਣਕਾਰੀ ਮੰਗੀ ਗਈ ਹੈ, ਅਤੇ ਇੱਕ ਇਹਨਾਂ ਨੇ ਕੋਈ ਚੇਅਰਮੈਨ ਨਿਯੁਕਤ ਕੀਤੇ ਨੇ ਉਹਦੇ ਬਾਰੇ ਵੀ ਜਾਣਕਾਰੀ ਮੰਗੀ ਗਈ ਹੈ ਵੀ ਉਹਦੇ ਪ੍ਰੋਸੈਸ ਕੀ ਹੈ, ਅਤੇ ਇੱਕ ਸ਼ਡਿਊਲ ਕਾਸਟਾਂ ਦਾ ਲਗਭਗ 2 ਲੱਖ ਬੱਚੇ ਨੇ ਜਿਨ੍ਹਾਂ ਦੀ ਸਕੋਲਰਸ਼ਿਪ ਆਉਣੀ ਸੀ, ਉਹ ਕਿਤੇ ਨਾ ਕਿਤੇ ਰੁਕ ਰਹੀ ਹੈ, ਉਹਦੇ ਨਾਲ ਉਹਨਾਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ, ਉਹਦੇ ਬਾਰੇ ਜਾਣਕਾਰੀ ਮੰਗੀ ਗਈ ਹੈ। ਪਰ ਪੰਜਾਬ ਸਰਕਾਰ ਇੰਨੀ ਜ਼ਿਆਦਾ ਬੇਸ਼ਰਮ ਹੋ ਚੁੱਕੀ ਹੈ, ਇੰਨੀ ਜ਼ਿਆਦਾ ਗੈਰ ਸੰਵਿਧਾਨਕ ਹੋ ਚੁੱਕੀ ਹੈ ਕਿ ਮੁੱਖ ਮੰਤਰੀ ਸਾਹਿਬ ਇੱਕ ਟਵੀਟ ਕਰਦੇ ਹੈ ਅਤੇ ਟਵੀਟ ਦੇ ਜ਼ਰੀਏ ਜਵਾਬ ਦਿੰਦੇ ਹੈ ਕਿ ਮੈਂ ਤੁਹਾਨੂੰ ਜਵਾਬ ਦੇ ਨਹੀਂ ਹਾਂ, ਮੈਂ ਪੰਜਾਬ ਦੇ 3 ਕਰੋੜ ਲੋਕਾਂ ਨੂੰ ਜਵਾਬ ਦੇ, ਅਸੀਂ ਵੀ 3 ਕਰੋੜ ਲੋਕਾਂ ਦੇ ਵਿੱਚ ਆਉਂਦੇ ਹਾਂ, ਕਿਵੇਂ ਜਵਾਬ ਦੇਣਗੇ ਉਹ ਦੱਸ ਦੇਣ ਕਿ ਇਸ਼ਤਿਹਾਰਾਂ ਦੇ ਜ਼ਰੀਏ ਜਵਾਬ ਦੇਣਗੇ। ਜੋ ਪੰਜਾਬ ਦੇ ਵਿੱਚ ਸਾਡਾ ਐਸ ਸੀ ਭਾਈਚਾਰਾ ਹੈ, ਉਹਨਾਂ ਦੇ ਬੱਚਿਆਂ ਨੂੰ ਪੜ੍ਹਨ ਵਾਸਤੇ ਪ੍ਰੋਪਰ ਸਹੂਲਤਾਂ ਨਹੀਂ ਮਿਲ ਰਹੀਆਂ, ਤੁਸੀਂ ਸਿੱਖਿਆ ਮਾਡਲ ਦੀਆਂ ਗੱਲਾਂ ਕਰਦੇ ਹੋ, ਅੱਜ ਅਗਰ ਜਵਾਬ ਮੰਗ ਲਿਆ ਜਾਂਦਾ ਤੁਹਾਡੇ ਤੋਂ ਤਾਂ ਤੁਸੀਂ ਉਹਦੇ ਤੋਂ ਕਿਨਾਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਕਿਤੇ ਨਾ ਕਿਤੇ ਦਾਲ ਦੇ ਵਿੱਚ ਕੁਛ ਕਾਲਾ ਹੈ ਉਹੀ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਸਾਹਿਬ ਨੂੰ ਜਿਹੜੇ ਉਹਨਾਂ ਦੇ ਪ੍ਰਸ਼ਨ ਚਿੰਨ੍ਹ ਉਠਾਏ ਜਾ ਰਹੇ ਆ, ਉਹ ਚਾਹੇ ਉਹ ਕਿਸੇ ਅਫਸਰ ਦੀ ਨਿਯੁਕਤੀ ਦੇ ਉੱਪਰ ਉਠਾਏ ਜਾ ਰਹੇ ਆ, ਚਾਹੇ ਉਹ 36 ਪ੍ਰਿੰਸੀਪਲਾਂ ਨੂੰ ਬਾਹਰ ਭੇਜਣ ਦੇ ਉੱਪਰ ਉਠਾਏ ਜਾ ਰਹੇ ਆ, ਜਾਂ ਕੋਈ ਹੋਰ 3-4 ਸਵਾਲ ਹੋਰ ਪੁੱਛੇ ਗਿਆ, ਗਵਰਨਰ ਸਾਹਿਬ ਨੂੰ ਜਵਾਬ ਦੇਣਾ ਚਾਹੀਦਾ। ਅਗਰ ਉਹ ਪੰਜਾਬ ਦੇ ਲੋਕਾਂ ਨੂੰ ਜਵਾਬ ਦੇ ਨੇ, RTI ਪਾਈ ਜਾਂਦੀ ਹੈ ਵੀ ਤੁਸੀਂ ਜੈੱਟ ਖਰੀਦ ਰਹੇ ਹੋ, ਉਹਦਾ ਕੋਈ ਜਵਾਬ ਨਹੀਂ ਆਉਂਦਾ। ਫਿਰ ਮੁੱਖ ਮੰਤਰੀ ਸਾਹਿਬ ਬੜਾ ਖੁੱਲ੍ਹ ਕੇ ਬਿਆਨ ਦਿੰਦੇ ਆ, ਜਦੋਂ ਗੁਜਰਾਤ ਚੋਣਾਂ ਹੋ ਰਹੀਆਂ ਸੀ,
कि असी गोल्डी बराड़ नूं फड़ लिया अमरीका दे विचों, बहुत जल्द वापस लेके आवांगे। कित्थे है जवाबदेही? अज क्यों नहीं जवाब दे रहे? मुख्यमंत्री साहब कहिंदे आ असी सेहत मंत्री फड़ लिया विजय सिंगला, ये मेरे को आप आके मन्निया भी इन्हें रिश्वतखोरी की है, मुड़ के कित्थे है जवाबदेही? अगर तुसीं लोकां नूं जवाब दे हो तां लोकां दे सवालां दा जवाब तुहानूं देना पऊगा। जो रिप्रजेंटेटिव जां संविधानक अहुदे दे उत्ते गवर्नर साहब बैठे है, उन्हां दे सवालों के अगर जवाब देणगे तो पंजाब दे लोकां नूं ऑटोमैटिकली जवाब मिल जाएगा। जी तुसीं विच इक गल चेयरमैन साहब की करिए, सुनिया कि उन्हां दे चेयरमैन साहब दा कोई परचा भी है कोई किडनैपिंग का? नहीं देखो, मैनू नहीं पता उन्होंने कोई किडनैपिंग का परचा, जां जिवें गवर्नर साहब ने कहा मेरी जानकारी च नहीं है किडनैपिंग का, तो कोई मतलब कोई गड़बड़ करन दा कोई दस रहे गवर्नर साहब, तो वह क्लीयर कर देना चाहिए। अगर नहीं है तो मुख्यमंत्री साहब नूं जवाब दे देना चाहिए उन्होंने, अगर उन्होंने कोई परचा है तो भी दस देना चाहिए, अगर नहीं है तो वह क्लीयर कर देना चाहिए। लुको के रखना किसी चीज़ को किसी चीज़ का हल नहीं है। अजय ना पंजाब के उपर कर्जा चढ़ रहा है कि RTI के जरिए वह जवाब मिलता कि पंजाब के 3 करोड़ लोगों को कोई जवाबदेही? मैं तो समझता नहीं कोई सरकार की जवाबदेही है। सरकार एडवरटीजमेंट के उपर इन्ना ज़्यादा पैसा खर्च रही है, उदे उत्ते भी एक सवाल गवर्नर साहब वालों पूछा गया कि पंजाब के लोगों की आवाज़ नहीं, क्या पंजाब के लोगों का पैसा नहीं जिहड़ा तुसीं सरेआम एडवरटाइजमेंट के उपर चला रहे हो? तुसीं 10 करोड़ रुपया खर्चते हो एक लीपापोची करने वास्ते, जिहड़े तुसीं मुहल्ला क्लीनिक कहने हो, आम आदमी क्लीनिक कहने हो, तो उहदे उत्ते 30 करोड़ की तुसीं एडवरटाइजमेंट वास्ते अफसर नूं कहने हो भी तुसीं इहदे वास्ते सानूं पैसा दिओ, कि लोगों का पैसा जाया नहीं किया जा रहा? कि वह 3 करोड़ लोगों का पैसा नहीं, खून पसीने की गाढ़ी कमाई नहीं है? कि उहदे बारे जवाब देना नहीं बनता? अज मुख्यमंत्री साहब भज नहीं सकते, जो गवर्नर साहब ने सवाल पूछे ने उन्हां दा जवाब देना पऊ। जे आप एक दूजे पास गल करिए कि सरकारी स्कूलों की, कहा जाता कि सरकारी स्कूल मतलब कि मॉडल स्कूलों अगे कट रहे हैं, ये कर, पर जो उ तस्वीर वेखन को मिलती है वो एक होर ही तरह की होंगी है कि थले तो जवाकों बिठाया जाता है। बिल्कुल बिल्कुल बिल्कुल, नाम बदल दिते जाते हैं। पहला मेरीटोरियस स्कूल लिख रखा गया नाम जो अकाली भाजपा की सरकार होंगी सी, बल्कि उदों तां बिल्डिंगा भी बनिया, संगरूर दे विच भी एक बिल्डिंग बनी हुई है। पर जो कांग्रेस की सरकार आई तो यही कली कुची फेर के स्कूलों का नाम मॉडल स्कूल रख दिता गया, तो अज साड़ी हुण आम आदमी पार्टी की सरकार आई है तो आम आदमी पार्टी सरकार ने कली कुची फेर के उहदा नाम स्कूल ऑफ एमीनेंस रख दिता। होया कुछ नहीं, सिर्फ नाम बदल दिते जाते हैं, अपना नाम चमकाने की कोशिश की जाती है, कोहरी राजनीति की जाती है। लोगों की जो पढ़ाई का स्तर है, बच्चों की पढ़ाई का स्तर है, वह बाहर प्रिंसीपलों को भेजने के नाल नहीं होना। गल्लां तां तुसीं दिल्ली मॉडल दीआं करदे सी, अज सिंगापुर कित्थों याद आ गया? पंजाब दे लोकां दे जो खर्चा करके तुसीं प्रिंसीपलां नूं बाहर भेजे है, उन्हां दी चोण किवें हुई है, उन्हां दा सिलैक्शन दा की प्रोसैस सीगा, उहदा जवाब मुख्यमंत्री साहब नूं देना पऊगा। स्कूल ऑफ एमीनेंस नाम रखण दे नाल बच्चों की पढ़ाई दे विच कोई सुधार नहीं आने वाला, जिहड़े तुसीं बाहर प्रिंसीपलों नूं भेज रहे हो उहदे विच नाल कोई सुधार नहीं आना। असल बुनियादी सहूलतां बच्चों स्कूलों के मिलनिया चाहिए ने, गल्ला यह पहला बड़िया बड़िया करते भी असी जी बहुत हाईटैक कर देंगे स्कूलों को, स्कूलों के स्विमिंग पूल होया कर, सारिया गेम हुई कर, पर कितना कितने अज मुकर नज़र आ रही है सरकार, सिर्फ दिखावा किया जा रहा जी। साढ़े ना कुछ होर वीर मौजूद ने, उन्होंने भी गल करते, कि नाम भाजी? मनिंदर सिंह कपियाल। मनिंदर सिंह जी, जो गल करी जाए कि जिस तरह की गल चल रही है सरकारी स्कूल, जिमें थोड़ा पता ही क्या प्रिंसीपल भेजे ने, तो एक वेखन तो गल आती है कि जेडे सरकारी स्कूलों के टीचर ने उन्होंने जोड़े बच्चे ने प्राइवेट स्कूलों पढ़ते, की कहना चाहूँगा? जेडे सरकार है ड्रामेबाजा की सरकार है, ड्रामे कर रहे हैं, इन्होंने पले थले कुछ नहीं। जो सरकारी स्कूलों का इन्नी इन्होंने विकास करता, इन्नी चेंज लियाता, तो फिर जिहड़े तुसीं मुलाजमां दी गल कीती है, जिहड़े मंत्री ने उन्हां दे बच्चे भी सारयां दे बाहरले स्कूलों पढ़ रहे, प्राइवेट स्कूलों पढ़ रहे ने, सब तो पहले उन्होंने शुरुआत करनी चाहिए है। जिहड़े इन्हां दे मंत्री ने, इन्हां दे MLA ने, इन्हां दे अहुदेदार ने आम आदमी पार्टी सरकार दे, उह अपने बच्चों नूं सरकारी स्कूलों दे विच भेजण, तां लोकां दा जिहड़ा रुझान आ सरकारी स्कूलों वल वधूगा, लोकां नूं विश्वास होगा भी जिहड़ी सरकारी स्कूल दी सहूलत हुण पहलां तों बेहतर होगी, तां उत्थे साडे बच्चों का भविख आ जिहड़ा वधिया बनाया जा सकदा। केवल तो केवल ड्रामे करन विच लगे हुए ने, ग्राउंड के उत्ते हकीकत कुछ नहीं, इहदे नाल कोई फर्क नहीं पैना। कदे असी टीचरां नूं ट्रेनिंग वास्ते बाहर भेज रहे हैं, कदे कुछ कर रहे हैं, ड्रामेबाज सरकार आ, ये ड्रामे नूं छड्ड के हकीकत च इहनां नूं कम करन दी लोड़ आ।
ये सन सा मनिंदर सिंह जी जिन्हों का आखना इन्होंने भी कई सवाल उठाए ने सरकार के उत्ते जिन्ना इन्हों का आखना है कि जे राजपाल साहब ने जो चिट्ठी लिखी सी तो उस मुख्यमंत्री साहब ने आख्या कि मैं जिहड़ी पंजाब दे लोग आ उन्होंने जवाब दे हाँ तो इन्होंने इन्हों वालों भी आख्या गया कि असी भी पंजाब के वासी हाँ असी जवाब मांगते हाँ तो इस टाइम चुप्पी क्यों। संगरूर तो रवि शर्मा, नैक्सट पंजाब।